ਪਹਾੜਾਂ ਦੇ ਵਿੱਚ ਜਿੱਥੇ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੀ ਨਦੀਆਂ ਅਤੇ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ। ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਪਾਗਲ ਨਾਲਾ ਸੜਕ ਦੇ ਉੱਤੇ ਆਇਆ ਜਿਸ ਦੇ ਕਾਰਨ ਆਵਾਜਾਈ ਸਾਰੀ ਹੀ ਠੱਪ ਹੋ ਗਈ ਹੈ, ਜਿਸ ਦੇ ਕਾਰਨ ਬਦਰੀਨਾਥ ਧਾਮ ਨੂੰ ਜਾਣ ਵਾਲੇ ਸ਼ਰਧਾਲੂ ਅਤੇ ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਹਾ ਜਾ ਰਿਹਾ ਕਿ ਕਈ ਘੰਟੇ ਟ੍ਰੈਫਿਕ ਜੋ ਹੈ ਉੱਥੇ ਜਾਮ ਰਿਹਾ, ਕਿਉਂਕਿ ਨਾਲਾ ਜੋ ਹੈ ਲਗਾਤਾਰ ਸੜਕ ਦੇ ਉੱਤੇ ਵਹਿਣ ਲੱਗਿਆ। ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਸਾਰੀ ਹੀ ਆਵਾਜਾਈ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਮੌਕੇ ਦੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਤੇ ਰੈਸਕਿਊ ਟੀਮਾਂ ਦੇ ਵੱਲੋਂ ਨਾਲੇ ਦਾ ਮੂੰਹ ਜੋ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਜੇ ਪਾਸੇ ਕੀਤਾ ਗਿਆ, ਜਿਸ ਦੇ ਕਾਰਨ ਪਾਣੀ ਦਾ ਫਲੋ ਘਟਿਆ ਅਤੇ ਗੱਡੀਆਂ ਨੂੰ ਬਿਲਕੁਲ ਸੁਚਾਰੂ ਤਰੀਕੇ ਦੇ ਨਾਲ ਅੱਗੇ ਭੇਜਿਆ ਗਿਆ। ਤਾਂ ਇਸੇ ਦੌਰਾਨ ਜੋ ਜਾਮ ਲੱਗਿਆ ਸੀ ਉਸਦੀਆਂ ਇਹ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਕਈ ਕਈ ਘੰਟੇ ਟ੍ਰੈਫਿਕ ਜਾਮ ਹੋ ਰਿਹਾ ਕਿਉਂਕਿ ਬਰਸਾਤਾਂ ਦੇ ਕਾਰਨ। ਕਿਹਾ ਜਾ ਰਿਹਾ ਕਿ ਮੀਂਹ ਜ਼ਿਆਦਾ ਪੈ ਰਹੇ ਨੇ, ਅਜਿਹੇ ਦੇ ਵਿੱਚ ਲੈਂਡਸਲਾਈਡ ਵਰਗੀਆਂ ਵੀ ਘਟਨਾਵਾਂ ਵਾਪਰ ਰਹੀਆਂ ਨੇ। ਅਤੇ ਇਸੇ ਦੌਰਾਨ ਇਹ ਵੀ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਪਾਗਲ ਨਾਲਾ ਜੋ ਹੈ ਉਸਦਾ ਪਾਣੀ ਸੜਕਾਂ ਦੇ ਉੱਤੇ ਆਇਆ ਅਤੇ ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਅਤੇ ਸ਼੍ਰੀ ਬਦਰੀਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।